औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम दोस्तों, आप देख रहे हैं अतमाद टीवी और मैं हूं आपका दोस्त मंजूर अहमद। दोस्तों की खिदमत हाजिर हुए हैं भाई मजहर अली। भाई का नाम है, रहायश इन्हां दी आबादी खुंगरा, तहसील तांदलियांवाला, जिला फैसलाबाद। तांदलियांवाला तो तकरीबन 20 से 25 किलोमीटर के राउंड अबाउट इन्हां दे रहायश है। तांदलियांवाला तो अगर आइए रहमे शाह कंजवानी रोड के उपर आता है, गंडास चौक, गंडास चौक तो एक अपना कारपेट रोड निकल रहा है, जिहड़ा सड़ियां पुल तो हुंदा होया बेदियां चौक ते अगे आबादी खुंगरा। इत्थे भाई रहायश मज़र दी रहायश है ते हर हफ्ते दे विच माशाल्लाह 2 दिन वीडियो लगती, एक जुमतुल मुबारक दी और एक सोमवार दे दिन दी। पिछली वीडियो लगी सी सोमवार दे दिन दी, उहदे विच जानवर सन जिथे भी जिथे वो सेल होए, जिन्ने होए न ਉਹ ਇਨਸ਼ਾਅੱਲਾ ਭਾਈ ਮਜ਼ਰ ਆਪਣੇ ਬਕੌਲ ਦੱਸ ਦਿੰਦੇ ਨੇ। ਅੱਲਾਹ ਪਾਕ ਉਹਨਾਂ ਦੋਸਤਾਂ ਦੇ ਨਸੀਬ ਵਿੱਚ ਕਰੇ ਜਿਹੜੇ ਦੋਸਤਾਂ ਨੇ ਆਪਣਾ ਜਾਨਵਰ ਖਰੀਦੇ ਨੇ। ਅੱਜ ਜੁਮਾਤੁਲ ਮੁਬਾਰਕ ਦਾ ਦਿਨ ਨੇ, ਇੱਕ ਤਾਂ ਦੁਆ ਹੈ ਅੱਲਾਹ ਪਾਕ ਦੀ ਬਾਰਗਾਹ ਹੈ ਮੁਕੱਦਸ ਵਿੱਚ ਕਿ ਇਸ ਨੇਕ ਦਿਨ ਦੇ ਸਦਕੇ ਅੱਲਾਹ ਪਾਕ ਤਮਾਮ ਮੁਸਲਮਾਨਾਂ ਦੀਆਂ ਪਰੇਸ਼ਾਨੀਆਂ, ਦੁੱਖ ਤਕਲੀਫਾਂ ਔਰ ਮੁਸੀਬਤਾਂ ਦੂਰ ਫਰਮਾਏ। ਖਸੂਸਨ ਉਹਨਾਂ ਦੋਸਤਾਂ ਦੇ ਵਾਸਤੇ ਦੁਆ ਹੈ ਜਿਹੜੇ ਦੋਸਤ ਆਪਣੇ ਇਸ ਮੁਲਕੇ ਪਾਕਿਸਤਾਨ ਤੋਂ ਬਾਹਰ ਹਨ, ਕਿਸੇ ਵੀ ਮੁਲਕ ਦੇ ਵਿੱਚ। ਅੱਲਾਹ ਪਾਕ ਉਹਨਾਂ ਦੇ ਰਿਜ਼ਕੇ ਹਲਾਲ ਵਿੱਚ ਬਰਕਤ ਦੇ ਔਰ ਹਮੇਸ਼ਾ ਆਪਣੇ ਹਿਫਜ਼ੋ ਅਮਾਨ ਦੇ ਵਿੱਚ ਰੱਖੇ, ਖੁਸ਼ ਆਬਾਦ ਰੱਖੇ। ਜੁਮਾਤੁਲ ਮੁਬਾਰਕ ਦਾ ਦਿਨ ਨੇ 27 ਮਈ, 5ਵਾਂ ਮਹੀਨਾ 2022। ਬਈ ਮਜ਼ਰ ਦੀ ਵੀਡੀਓ ਲੱਗ ਰਹੀ ਹੈ, ਜਾਨਵਰ ਅੱਜ ਇਹਨਾਂ ਦੇ ਕੋਲ 6 ਮਾਸ਼ਾਅੱਲਾ, ਇੱਕ ਦੂਸਰੇ ਤੋਂ ਖੂਬਸੂਰਤ ਜੋਟੀਆਂ ਤੇ ਮੱਝਾਂ, 2 ਮੀਨੀਆਂ, ਬਾਕੀ ਸੂਈਆਂ ਹੋਈਆਂ ਸਾਰੀਆਂ 6 ਮਾਸ਼ਾਅੱਲਾ ਸੂਈਆਂ ਹੋਈਆਂ, 6 ਦੀਆਂ 6 ਹੀ ਮਾਸ਼ਾਅੱਲਾ ਸੂਈਆਂ, ਬਲਕਿ ਇੱਕ ਸੂਣ ਵਾਲੀ ਹੈ, ਇੱਕ ਸੂਣ ਵਾਲੀ ਹੈ, 5 ਸੂਈਆਂ ਹੋਈਆਂ, 2 ਮੀਨੀਆਂ ਜੋਟੀਆਂ। ਬਾਕੀ ਡਿਟੇਲ ਇਨਸ਼ਾਅੱਲਾ ਜਾਨਵਰਾਂ ਦੀ ਨਾਲ ਹੀ ਦੱਸਣੇ ਆ, ਜਾਨਵਰ ਵੀ ਦਿਖਾਉਂਦੇ ਆ। ਉਸ ਤੋਂ ਪਹਿਲਾਂ ਦੋਸਤੋ ਆਪਣੇ ਇਸ ਚੈਨਲ ਨੂੰ ਕਰਨਾ ਸਬਸਕ੍ਰਾਈਬ, ਦੋਸਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਕਰਨਾ ਔਰ ਮਾਸ਼ਾਅੱਲਾ ਦਾ ਕਮੈਂਟ ਜ਼ਰੂਰ ਕਰਨਾ। ਬਾਕੀ ਲੈਣਾ ਦੇਣਾ ਨਸੀਬ ਮੁਕੱਦਰ ਦੀ ਗੱਲ ਹੈ, ਕੋਸ਼ਿਸ਼ ਇਹੀ ਹੁੰਦੀ ਕਿ ਮੇਰੀ ਵੀ ਬਈ ਮਜ਼ਰ ਦੀ ਔਰ ਦੀਗਰ ਦੋਸਤਾਂ ਦੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੋਸਤਾਂ ਦੇ ਵਾਸਤੇ ਤਗੋ ਦੋ ਕਰਕੇ ਮਿਹਨਤ ਕਰਕੇ ਅੱਛੇ ਜਾਨਵਰ ਲੈ ਕੇ ਆਈਏ ਔਰ ਕੀਮਤ ਵਿੱਚ ਵੀ ਮੁਨਾਸਬ ਹੋਣ। ਲੇਕਿਨ ਅੱਗੋਂ ਹਾਲਾਤ, ਮਹਿੰਗਾਈ, ਸਾਰਾ ਕੁਛ ਜਾਨਵਰਾਂ 'ਤੇ ਹੀ ਆ ਕੇ ਬੋਝ ਪੈਂਦਾ। ਜਿਸ ਤਰ੍ਹਾਂ ਹੁਣ ਤੁਹਾਡੇ ਸਾਹਮਣੇ ਡੀਜ਼ਲ ਦੇ ਹਾਲਾਤ ਨਾ, ਖੈਰ ਨਾ ਰਾਤ ਦਾ ਫਿਰ ਮਹਿੰਗਾਈ ਦਾ ਜਿਹੜਾ ਇੱਕ ਉਭਾਰ ਆ ਗਿਆ। ਬਹਰਹਾਲ ਇਹ ਨਾਲ ਹੀ ਸਭ ਚੀਜ਼ਾਂ ਸਾਰੇ ਦੋਸਤ ਸਮਝਦੇ ਨੇ ਇਸ ਚੀਜ਼ ਨੂੰ ਕਿ ਕੀਤੀ ਕਿਰਾਏ ਮੁੜ ਕੇ ਇਹਨਾਂ ਦਾ ਖਰਚਾ, ਜਾਨਵਰਾਂ ਦਾ, ਗੱਡੀ ਦਾ, ਜੋ ਕੁਛ ਜਾਨਵਰਾਂ 'ਤੇ ਪੈਂਦਾ ਅਤੇ ਉਹ ਨਾਲ ਇਸ ਵਜ੍ਹਾ ਤੋਂ ਜਾਨਵਰ ਮਹਿੰਗੇ ਹੋ ਜਾਂਦੇ। ਜਾਨਵਰ ਉਹੀ ਹਨ ਦੋਸਤ, ਪਹਿਲੇ ਕਹਿੰਦੇ ਸਨ ਕਿ ਯਾਰ ਇਹ 6 ਮਹੀਨੇ ਪਹਿਲੇ ਅਸੀਂ ਜੀ ਇਹ 2.5 ਲੱਖ ਦੀ ਖਰੀਦੀ ਜਾਂ 2 ਲੱਖ ਦੀ ਖਰੀਦੀ। ਜਾਨਵਰ ਉਹੀ ਚੀਜ਼ਾਂ ਹਨ, ਲੇਕਿਨ ਹਾਲਾਤ ਬਦਲ ਗਏ ਹਨ, ਵਕਤ ਬਦਲ ਗਿਆ, ਮਹਿੰਗਾਈ ਬਦਲ ਗਈ ਹੈ, ਉਹ ਸਾਰਾ ਕੁਛ ਫਿਰ ਜਾਨਵਰਾਂ 'ਤੇ ਡਿਪੈਂਡ ਕਰਦਾ। ਖੈਰ ਨੰਬਰ ਹੈ 0341484596, ਵਟਸਐਪ 'ਤੇ ਲੋਕਲ ਨੰਬਰ ਹੈ। ਮਜ਼ਰ ਭਾਈ ਆਪਣਾ ਨੰਬਰ ਦੱਸ ਦੇ, ਨਾਲੇ ਵੀ ਦੱਸ ਦਿੰਦੇ ਜਿਹੜਿਆਂ ਦੋਸਤਾਂ ਨੇ ਪਿਛਲੀ ਵੀਡੀਓ ਦੇ ਜਾਨਵਰ ਖਰੀਦਣ, ਅੱਲਾਹ ਪਾਕ ਉਹਨਾਂ ਦੇ ਨਸੀਬ ਵਿੱਚ ਕਰੇ ਜੀ। ਭਾਈ ਮਨਦੂਰ, ਪਿਛਲੇ ਵੀਡੀਓ ਜਾਨਵਰ ਲਗਾਇਆ ਸੀਗਾ 4 ਜੀ, ਠੀਕ ਹੋ ਗਿਆ। ਇੱਕ ਜੋਟੀ ਆਪਣੀ ਫੈਸਲਾਬਾਦ ਗਈ ਸ਼ਾਦ ਭਾਈ, ਠੀਕ ਹੋ ਗਿਆ ਜੀ। ਇੱਕ ਜੋਟੀ ਗਈ ਗੁਜਰਾਤ, ਅੱਗੇ ਵੀ ਉਹ ਮਾਲ ਲੈ ਰਹੇ ਆ ਬਰਨਾਲਾ ਗੁਜਰਾਤ, ਠੀਕ ਹੋ ਗਿਆ ਜੀ। ਤੇ ਇੱਕ ਜੋਟੀ ਗਈ ਆ ਭਾਈ ਪੱਪੂ ਲਾਹੌਰ ਦੇ ਵਿੱਚੋਂ ਜੀ, ਠੀਕ ਹੋ ਗਿਆ। ਇੱਕ ਜੋਟੀ ਆਪਣੀ ਮੰਡੀ ਬਹਾਵਲਦੀਨ ਗਈ ਹੈ, 4 ਜਾਨਵਰ ਪੂਰੇ ਹੋ ਗਏ। ਇਸ ਵਾਰੀ ਜਾਨਵਰ 8 ਸੀਗੇ, 2 ਇਸ ਬਫਾਫਤਾ ਵੀ ਵਜ਼ੀਰਾਬਾਦ ਚ ਭਾਈ ਹੋਣੀ ਆਏ ਸੀਗੇ, ਅਲੀ ਅਕਬਰ ਹੋਣੀ, ਠੀਕ ਹੈ। ਉਹ 2 ਜੋਟੀਆਂ ਦਾ ਸੇਲ ਲਈਆਂ, 6 ਜਾਨਵਰ ਦੀ ਵੀਡੀਓ ਲਗਾਣੀ ਹੈ ਜੀ। ਸਹੀ ਹੈ, ਲਿਆਓ ਜਾਨਵਰ ਜੀ, ਨੰਬਰ ਸੱਚ ਦੱਸਿਆ ਜਾਵੇ, ਨੰਬਰ 0344429538, ਇਹੀ ਵਟਸਐਪ ਹੈ, ਇਹੀ ਲੋਕਲ ਨੰਬਰ ਜੀ। ਲਿਆਓ ਜਾਨਵਰ, ਲਿਆਓ ਜਾਨਵਰ ਜੀ, ਅੱਗੇ ਜਿਹੜਾ ਦਿਖਾ ਜੀ। ਪਹਿਲੇ ਨੰਬਰ ਤੇ ਦੋਸਤੋ ਜਾਨਵਰ ਦਿਖਾ ਰਹੇ ਜੀ ਮਦਰ ਭਾਈ, ਨਾਲ ਨਾਲ ਦੱਸੀ ਜਾਓ ਡਿਟੇਲ ਤੇ, ਕੋਸ਼ਿਸ਼ ਕਰੀਏ ਕਿ 6 ਜਾਨਵਰਾਂ ਨੂੰ ਵੀਡੀਓ ਕਵਰ ਕਰੀਏ ਜਿੰਨਾ ਹੋ ਸਕੇ, ਕੋਸ਼ਿਸ਼ ਇਹ ਹੋਏਗੀ ਕਿ ਥੋੜੀ ਤੋਂ ਥੋੜੀ ਟਾਈਮ ਲਾਈਏ, ਠੀਕ ਹੋ ਗਿਆ। ਤੇ ਪਹਿਲੇ ਨੰਬਰ ਤੇ ਝੋਟੀ, ਪਹਿਲਾ ਸੂਆ ਸੂਣਾ, ਠੀਕ ਹੈ। ਸੂਣ ਚ ਦਿਨ ਕੱਢਦੀ ਹੈ 7 ਤੋਂ 8,
ਠੀਕ ਹੈ, ਲੇਵਾ ਬਣਾਉਣਾ ਝੋਟੀ ਸ਼ੁਰੂ ਕਰਦਾ, ਬਗੈਰ ਲੇਵਾ ਬਣਾਉਣਾ ਸ਼ੁਰੂ ਕੀਤੀ ਤੇ ਝੋਟੀ ਸਾਹ ਦਾ ਡੋਡਾ ਪੱਟਿਆ ਅੱਲਾ ਦੇ ਹੁਕਮ ਨਾਲ ਜੀ ਕੱਲ ਹੋ ਕੇ ਮਸਲਾ ਹਵਾਨਾ ਖਾਣ ਚੰਗਾ ਮੋਠੜਾ ਪਾਵਰ ਥਣ ਲੱਗਾ ਹਵਾਨਾ ਚੰਗਾ ਚੰਗਾ ਮਸਲਾ ਲੇਟ ਬਣੀਏ ਜਸਾਮਤ ਵੱਲੋਂ ਦੂਜਿਆਂ ਲੱਗਦੀ ਹੈ ਥਾਣਾ ਦੋਸਤਾਂ ਦੇ ਸਾਹਮਣੇ ਖੁਦ ਦੇਖ ਲੈਣਾ ਪਹਿਲਾਂ ਮਾਸ਼ਾਅੱਲਾ ਝੋਟੀ ਨੂੰ ਕੱਦ ਪੁੱਠਾ ਵਜੂਦ ਦੇ ਭਰਾ ਖੁਦ ਵੇਖ ਲੈਣ ਤੇ ਬਕਾਇਆ ਰੇਟ ਵੇਖ ਲੈਣ ਅੱਲਾ ਦੇ ਹੁਕਮਾਂ ਜਿਵੇਂ ਪਹਿਲੇ ਵਰਗੇ ਰੇਟ ਇਨਸ਼ਾਅੱਲਾ ਹੋਣਗੇ ਜਿਵੇਂ ਇਹ ਜਿਹੜੀ ਚੜ ਕੇ ਬਣਦੀ ਹੈ ਜਾਂ ਥੋੜਾ ਜਿਹਾ ਸੂਆ ਕੰਨੀ ਮਾਰ ਕੇ ਉਹਦਾ ਇਹ ਫਾਇਦਾ ਹੁੰਦਾ ਕਿ ਦੋਸਤ ਵੀ ਦੇਣ ਉਹ ਗੱਲ ਕਰ ਰਿਹਾ ਸੀ ਕਿ ਜਿਹੜੇ ਜੋਟੀ ਜਾਂ ਜਿਹੜਾ ਵੀ ਜਾਨਵਰ ਚੜ ਕੇ ਸੂਆ ਕੰਨੀ ਮਾਰ ਕੇ ਬਣਦਾ ਹੈ ਉਹ ਕੌਲ ਬਜ਼ੁਰਗਾਂ ਦੇ ਕੇ ਉਹ ਜੋਟੀ ਦੁੱਧ ਵਾਲੀ ਹੁੰਦੀ ਹੈ ਭਾਈ ਮੰਦੂਰ ਦੁੱਧ ਵਾਲੀ ਤੇ ਅੱਲਾ ਦੇ ਹੁਕਮ ਨਾਲ ਝੋਟੀ ਹੈ ਵੀ ਦੁੱਧ ਵਾਲੀ ਚੰਗੀ ਨਸਲ ਦਾਤ ਵਾਲੀ ਆ ਝੋਟੀ ਦੀ ਪਸ਼ਮ ਝੋਟੀ ਨੂੰ ਚੰਗੀ ਲੱਗੀ ਹੋਈ ਕੱਦ ਬੁੱਤ ਬੜਾ ਝੋਟੀ ਨੂੰ ਤੇ ਜਿਹੜਾ ਭਾਈ ਮਨਜ਼ੂਰ ਥਣ ਹੈ ਨਾ ਥਣ ਨੇ ਮੁੱਲ ਪੂਰਾ ਕਰ ਛੱਡਿਆ ਝੋਟੀ ਦਾ ਸਹੀ ਹੋ ਗਿਆ ਮਾਸ਼ਾਅੱਲਾ ਲੱਗਿਆ ਜਿਵੇਂ ਲਾਟੂ ਨਹੀਂ ਹੁੰਦਾ ਲਾਟੂ ਵਾਂਗ ਥਣ ਲਾ ਦੇ ਕੋਲ ਜਿਹੜਾ ਮੁੱਲ ਝੋਟੀ ਦਾ ਜਿਹੜਾ ਥਣ ਪੂਰਾ ਕਰ ਜਾਣਾ ਲੱਗੀ ਸਮੇਂ ਥਣ ਸੋਹਣਾ ਕੱਦ ਸੋਹਣਾ ਵੇਲ ਝੋਟੀ ਨੂੰ ਸੋਹਣੀ ਚੰਗੀ ਜਿੰਦ ਜਾਨ ਤੇ ਥਣਾ ਦੀ ਸਾਫ ਹੈ ਜੀ ਥਣਾ ਦੀ ਭਾਈ ਮਨਜ਼ੂਰ ਸਾਫ ਛੱਟਾ ਫਾਰ ਗਿਲਟੀ ਮਰੋਲੀ ਜਵਾਬ ਅਸਮਾ ਇਸ ਚੀਜ਼ ਦੀ ਹਰ ਜਾਨਵਰ ਦੀ ਤੁਹਾਡੀ ਗਾਰੰਟੀ ਭਾਈ ਮਨਜ਼ੂਰ ਹੋਈ ਜਾਨਵਰ ਗਏ ਹੋਏ ਦੀ ਮੇਰੀ ਗਾਰੰਟੀ ਬੋਲੋ ਜੀ ਕੀਮਤ ਕੀਮਤ ਭਾਈ ਮਨਜ਼ੂਰ ਮਕੂਲ ਗੱਲਾਂ ਕਰਨੀਆਂ ਜਿਹੜੀਆਂ ਲੈਣ ਦੇ ਰਾਣੀਆਂ ਰੁਪਿਆ 2,55,000 2,55,000 ਪਹਿਲਾਂ ਝੋਟੀ ਕੋ ਪਿਆਰ ਮੁਹੱਬਤ ਕਰਕੇ ਅੱਗੇ ਹੀ ਆਪਣਾ ਰੋਣਾ ਰੋਸ ਰੋ ਰਹੇ ਸਨ ਕਿ ਮਹਿੰਗਾਈ ਹੈ ਖਰਚੇ ਨੇ ਕਿਹਾ ਹੈ ਰੇਟ ਕੋਈ ਨਹੀਂ ਝੋਟੀ ਨੂੰ ਮਖੀਤਾ ਲੱਗੀ ਸਮਝ ਰੇਟ ਵਾਲੀ ਵਿੱਚ ਸ਼ੱਕ ਕੋਈ ਨਹੀਂ ਛੱਡੀ ਲੱਗੀ ਸਮਝ ਅੱਲਾ ਦੇ ਹੁਕਮ ਨਾਲ ਇਹ ਝੋਟੀਆਂ ਜਿੱਥੇ ਮਰਦੀ ਬਾਹਰ ਫਿਰ ਲੈਣ ਤਰਾ ਲੋਕ ਮੁੱਲ ਚਲੋ ਪਿਆਰ ਮੁਹੱਬਤ ਕਰਕੇ ਇੱਕ ਹੀ ਦੱਸੋ ਵੀ ਭਰਾਵਾਂ ਨੂੰ 5,000 ਛੱਡ ਕੇ 2,50,000 ਦੀ ਝੋਟੀ ਜਿਸ ਭਰਾ ਨੂੰ ਚੰਗੀ ਲੱਗੇ ਜੀ ਪਾਸ ਕਰਕੇ ਲੈ ਲਵੇ 2,50,000 ਮਜ਼ੀਦ ਆਇਆਂ ਦੋਸਤਾਂ ਦੇ ਨਾਲ ਹੋ ਜਾਏਗੀ ਵਕਤੀ ਤੌਰ ਗੁਜ਼ਾਰਿਸ਼ ਉਹ ਮਾੜੀ ਮੋਟੀ ਹੋਏਗੀ ਲੇਕਿਨ ਮੁੱਲ ਕੋਈ ਨਹੀਂ ਅੱਲਾ ਦੇ ਹੁਕਮ ਇਨਸ਼ਾਅੱਲਾ ਜੀ ਭਰਾਵਾਂ ਨੂੰ ਤੋਹਫੇ ਦੇਣੇ ਆ 2,50,000 ਰੁਪਿਆ ਆਪਣਾ ਮੁੱਲ ਹੈ ਜੀ ਆਇਆਂ ਦੋਸਤਾਂ ਨਾਲ ਇਨਸ਼ਾਅੱਲਾ ਦੀ ਦਿਆ ਹੋ ਜਾਏਗੀ ਲੈ ਆਵਾਂਗੇ ਜਾਨਵਰ ਜੀ ਅੱਗੇ ਦੂਸਰੇ ਨੰਬਰ ਤੇ ਦੋਸਤੋ ਝੋਟੀ ਦਿਖਾ ਰਹੇ ਹਨ ਜੀ ਭਾਈ ਮਨਜ਼ੂਰ ਦੂਸਰੇ ਨੰਬਰ ਝੋਟੀ ਪਹਿਲਾਂ ਸੂਆ ਵੀ ਸੂਈ ਹੋਈ ਮੀਣੀ ਝੋਟੀ ਜੀ ਬਕਾਇਆ ਝੋਟੀ ਨੂੰ ਪੁੱਠਾ ਵਜੂਦ ਕੱਦ ਵਿਖਾੜੋ ਪਹਿਲੇ ਹੋ ਗਿਆ ਦੇਖਣਾ ਝੋਟੀ ਨੂੰ ਕੱਦ ਕਿੰਨਾ ਲੱਗਾ ਆ ਚੰਗੀ ਵੱਡੀਆਂ ਮੱਝਾਂ ਵਾਲਾ ਕੱਦ ਤੇ ਮਾਸ਼ਾਅੱਲਾ ਹਵਾਨਾ ਚੰਗਾ ਝੋਟੀ ਨੂੰ ਥਣ ਮਾਸ਼ਾਅੱਲਾ ਚੰਗਾ ਪਾਵਰ ਲੱਗਾ ਹੋਇਆ ਠੀਕ ਹੋ ਗਿਆ ਜੀ ਤੇ ਥਣ ਵਾਲੀ ਸ਼ੱਕ ਹੀ ਭਾਈ ਮਨਜ਼ੂਰ ਕੋਈ ਝੋਟੀ ਚ ਲੱਗੀ ਸਮਝ ਸਹੀ ਹੈ ਸੋਹਣਾ ਥਣ ਗੁੱਲਾ ਸੋਹਣਾ ਲੱਗਾ ਹੋਇਆ ਮਗਰੇ ਦੇ ਕੱਟੀ ਠੀਕ ਹੋ ਗਿਆ ਮਗਰ ਕੱਟੀ ਹੈ ਜੀ ਪਹਿਲਾਂ ਸੂਈ ਹੋਈ ਹੈ ਕਿੰਨੇ ਕੁ ਦਿਨ ਹੋ ਗਏ ਸੂਈ 10 ਦਿਨ ਦੇ ਭਾਈ ਮਨਜ਼ੂਰ ਸੂਈ ਹੋਈ ਹੈ ਅੱਛਾ 10 ਦਿਨ ਹੋ ਗਏ ਸੂਈ ਨੂੰ ਜੀ ਆ ਤੇ ਦੋਵਾਂ ਟਾਈਮਾਂ ਦਾ ਜਿਹੜਾ ਦੁੱਧ ਦੀ ਚੁਆਈ ਕਰਵਾ ਕੇ ਹਾਜ਼ਰ ਮੌਕੇ ਭਾਈ ਮਨਜ਼ੂਰ ਇੱਕ ਥਾਂ ਬੱਚੇ ਨੂੰ ਛੱਡ ਕੇ 10 ਕੱਟੀ ਨੂੰ ਮਾਸ਼ਾਅੱਲਾ ਦੁੱਧ ਸ਼ੁੱਧ ਪਿਵਾਇਆ ਹੋਇਆ ਮਾਸ਼ਾਅੱਲਾ ਸੋਹਣੀ ਕੱਟੀ ਦੀ ਜਿਸਾਮਤ ਤੇ ਬਾਕੀ ਦੋਸਤਾਂ ਦੇ ਸਾਹਮਣੇ ਲਿਬਾਸ ਹੈ ਝੋਟੀ ਦਾ ਕਾਇ ਮਾਸ਼ਾਅੱਲਾ ਲਿਬਾਸ ਵਾਲੀ ਸ਼ੱਕ ਕੋਈ ਜੇ ਸਾਦਾ ਟੋਟਾ ਝੋਟੀ ਨਹੀਂ ਪੱਟੇ ਤੇ ਮੁੜ ਗੱਲ ਕਰੋ ਸਹੀ ਹੋ ਗਿਆ ਜੀ ਤੇ ਕਿੰਨਾ ਦੁੱਧ ਦੱਸ ਰਹੇ ਹੋ 10 ਤੋਂ 11 ਕਿਲੋ ਭਾਈ ਮਨਜ਼ੂਰ ਚਵਾ ਕੇ ਦੇਵਾਂਗਾ ਬੱਚੇ ਨੂੰ ਇੱਕ ਥਣ ਛੱਡ ਕੇ ਠੀਕ ਹੋ ਗਿਆ ਦੋਨਾਂ ਟਾਈਮਾਂ ਦਾ 10 ਤੋਂ 11 ਕਿਲੋ ਥਣਾਂ ਦੀ ਸਾਫ ਥਣਾਂ ਦੀ ਭਾਈ ਮਨਜ਼ੂਰ ਇਸ ਤਰ੍ਹਾਂ ਸਾਫ ਕੇ ਬਾਲ ਵੀ ਥਲੇ ਬੈਠੇ ਰਹਿੰਦੇ ਛੱਟਾ ਫਾਰ ਗਿਲਟੀ ਮਰੋੜੀ ਚਵਾ ਕੇ ਦੀ ਬੋਤਲ ਸਾਫ ਚੋ ਲੋ ਕੋਈ ਅਸੀਂ ਪਰੇਸ਼ਾਨ ਹੋ ਗਿਆ ਜੀ ਬੋਲੋ ਕੀਮਤ ਭਾਈ ਮਦਰ ਕੀਮਤ ਭਾਈ ਮਨਜ਼ੂਰ ਉਹ ਲੈਣੇ ਜਿਹੜੀ ਭਰਾ ਰਾਤ ਵੀ ਹੁਣ ਜੀ ਰੁਪਿਆ 2,40,000 10 ਕਿਲੋ 10 ਤੋਂ 11 ਕਿਲੋ ਦੁੱਧ ਹੈ ਜੀ ਪਹਿਲਾਂ ਸੂਈਏ ਮਗਰ ਕੱਟੀਏ ਤੇ 2,40,000 ਰੁਪਈਆ ਮਦਰ ਬਈ ਪਿਆਰ ਮੁਹੱਬਤ ਕਰਕੇ ਇੱਕ ਹੀ ਫਾਈਨਲ ਜੀ ਦੇ ਦਿਆ ਭਾਈ ਮਨਜ਼ੂਰ ਇਹ ਵੀ 2,40 ਕੋਈ ਨਹੀਂ ਲੱਗੀ ਸਮਝ ਜੀ ਲੱਗੀ ਸਮਝ ਭਰਾਵਾਂ ਵਾਸਤੇ ਅੱਜ ਤੋਹਫੇ ਆ ਕੀਮਤ ਕੋਈ ਨਹੀਂ ਜੋ ਬਾਹਰ ਇਲਾਕਾ ਚੈੱਕ ਕਰ ਲੈਣ ਮੀਨ ਹਿਲਦੇ ਆ ਜੀ ਹਲਕੇ ਹਲਕੇ ਅੱਛਾ ਹਲਕੇ ਹਲਕੇ ਹਿਲਦੇ ਆ ਜੀ ਆ ਠੀਕ ਹੋ ਗਿਆ ਜੀ ਤੇ ਬਾਕੀ ਅੱਲਾ ਪਾ ਖੈਰ ਕਰੇ ਕੱਦ ਬੋਤਾ ਲਈ ਥੋੜੀ ਦਰਿਆ ਦੀ ਰੁਲੀ ਖੁਲੀ ਲੱਗਦੀ ਹੈ ਝੋਟੀ ਝੋਟੀ ਲੱਗਣ ਹੈ ਦੁੱਧ ਵਾਲੀ ਭਾਈ ਮਨਜ਼ੂਰ ਨਸਲ ਦਾ ਪਿਆਰ ਮੁਹੱਬਤ ਫਾਈਨਲ ਜੀ ਮੈਂ ਪੰਜ ਭਰਾਵਾਂ ਨੂੰ ਛੱਡ ਕੇ 35 ਝੋਟੀ ਜਿਹੜੀ ਜਿਸ ਭਰਾ ਨੂੰ ਚੰਗੀ ਲੱਗਿਆ ਆ ਕੇ ਲੈ ਜਾ
ਠੀਕ ਹੋ ਗਿਆ ਜੀ। ਮੈਂ ਕਹਿੰਦਾ ਮੁੱਲ ਅੱਜ ਮਨਜ਼ੂਰ ਕੋਈ ਨਹੀਂ ਗੇ ਜਾਨਵਰਾਂ ਨੂੰ ਵੇਖੀਏ ਤੇ ਜੇ ਆਪਣਾ ਦੁੱਧ ਲੋ ਨਸਲ ਜ਼ਾਤ ਲੋ ਤੇ ਮਾਸ਼ਾਅੱਲਾ ਵਾਕਈ ਮੁੱਲ ਕੋਈ ਨਹੀਂ, ਬਾਕੀ ਨਸੀਬ ਦੀਆਂ ਗੱਲਾਂ। ਤੇ 2,35,000 ਮਜ਼ੀਦ ਆਇਆ ਦੋਸਤਾਂ ਨਾਲ ਦੀ ਦਿਆ ਹੋ ਜਾ ਕੇ ਲਿਆਓ ਅੱਗੇ ਜਾਨਵਰ ਜੀ। ਅੱਗੇ ਤੀਸਰੇ ਨੰਬਰ ਤੇ 200 ਜਾਨਵਰ ਦਿਖਾ ਰਹੇ ਜੀ ਮਦਰ ਭਾਈ। ਮਨਜ਼ੂਰ ਤੀਸਰੇ ਨੰਬਰ ਤੇ ਇਹ ਵੀ ਮਿਣੀ ਮੱਝ ਠੀਕ ਹੋ ਗਿਆ ਜੀ, ਦੂਸਰਾ ਸੂਆ ਮੱਝ ਸੂਈ ਹੋਈ ਹੈ ਮਾਸ਼ਾਅੱਲਾ। ਇਹ ਦੱਸੋ ਕਿ ਜੇ ਮੱਝ ਸਾਹ ਦਾ ਡੋਡਾ ਪਟਿਆ ਹੋਇਆ ਜਾਂ ਨਹੀਂ ਪਟਿਆ ਹੋਇਆ, ਅੱਲਾ ਦੇ ਹੁਕਮ ਨਾਲ ਜੇ ਮੱਝ ਥੱਬੇ ਚਲਾ ਕੇ ਨਹੀਂ ਟੁੱਟਦੀ ਮਾਸ਼ਾਅੱਲਾ, ਜੇ ਤਾਂ ਰੱਖ ਲਿਆ ਮੱਝ ਮੱਝ ਤੇ ਹਵਾਨਾ ਨਹੀਂ ਤੇ ਫਿਰ ਗੱਲ ਭਰਾ ਕਰਨਾ ਮਨਜ਼ੂਰ ਗੱਲਾਂ ਨਾ ਨਹੀਂ, ਕੰਮ ਕਰਕੇ ਵਿਖਾਣਾ, ਕੰਮ ਕਰਕੇ ਵਿਖਾਣ ਨਾ ਮਜ਼ਾ ਆਉਂਦਾ ਗੱਲਾਂ ਨਾਲ ਤੇ ਸਾਰੇ ਬੋਲ ਪੈਂਦੇ ਨੇ। ਠੀਕ ਹੋ ਗਿਆ ਜੀ। ਇਹ ਆਪਣਾ ਕਿੰਨਵਾ ਵਾਰਾ ਸੂਈ ਹੈ ਜੀ? ਇਹ ਦੂਸਰਾ ਵਾਰਾ ਭਾਈ ਮਨਜ਼ੂਰ ਸੂਈ ਹੋਈ ਹੈ, ਦੂਸਰਾ ਵਾਰਾ ਸੂਈ ਹੈ। ਇਹਦੇ ਵੀ ਸਿੰਘ ਮਾਸ਼ਾਅੱਲਾ ਮੀਨੇ ਨੇ ਜੀ ਆ। ਤੇ ਕਿੰਨੇ ਕੁ ਡੰਗ ਹੋ ਗਏ ਨੇ ਸੂਈ? ਇੱਕ ਮਹੀਨੇ ਤੋਂ ਉੱਤੇ ਭਾਈ ਕੋ 5-7 ਦਿਨ ਦਾ ਹੈ ਜਿਹੜੀ ਜੈਨਵਨ ਭਾਈ ਮਨਜ਼ੂਰ ਗੱਲ ਹੈ। ਮੈਂ ਐਵੇਂ 20 ਦਿਨ ਦੱਸਦਾ ਲੇਕਿਨ ਜਿਹੜੇ ਭਰਾਵਾਂ ਵੇਖਣੀ ਉਹਨਾਂ ਨੇ ਕਹਾ ਮਾਰ ਹੀ ਲੈਣੀ ਹੈ, ਬਾਕੀ ਝੋਟੀ ਥਾਪੇ 'ਚ ਨਹੀਂ ਲਿਆ ਕੇ ਟੁਰੀ ਬੰਦੀ ਤੇ ਮੁੜ ਗੱਲ ਕਰੋ। ਇੱਕ ਮਹੀਨੇ ਤੋਂ ਮਗਰ ਕੱਟੀ ਕੱਟਾ ਮਗਰ ਕੱਟੀ ਭਾਈ ਮਨਜ਼ੂਰ ਕੱਟੀ ਮਗਰ ਹੈ ਜੀ, ਮਹੀਨੇ ਤੋਂ ਉੱਪਰ ਸੂਈ ਹੋਈ ਕੋ 1.5 ਮਹੀਨੇ ਦਾ ਲਗਭਗ ਗਿਆ ਜੀ, 1.5 ਮਹੀਨੇ ਥੱਲੇ ਹੈ ਜੀ ਕੱਟੀ। ਆਪਣਾ ਦੇਖੇ ਦੋਸਤਾਂ ਦਾਦਾ ਕਰ ਲੈ ਸਨ ਕੱਟੀ ਕੱਟੀ ਹੈ। ਠੀਕ ਹੋ ਗਿਆ। ਬਾਕੀ ਚੁਆ ਪਸਮਾ ਚੁਆ ਪਸਮਾ ਕਿਸਾ ਚੁਆ ਪਸਮਾ ਭਾਈ ਮਨਜ਼ੂਰ ਇਸ ਤਰ੍ਹਾਂ ਕਿ ਬਿਲਕੁਲ ਕੱਚ ਦੀ ਬੋਤਲ ਚੋਲ ਲਵੋ ਲੱਗੀ ਸਮਝ। ਠੀਕ ਹੋ ਗਿਆ। ਥਣਾ ਦੀ ਸਾਫ ਹੈ ਬਿਲਕੁਲ ਸੱਤਾ ਫਾਰ ਥਣਾ ਲੋ। ਅਲਹਮਦੁਲਿਲਾ ਭਾਈ ਮਨਜ਼ੂਰ ਦੁੱਧ ਲੋ ਗਰੰਟੀ ਹੋ ਗਈ, ਇਨਸ਼ਾਅੱਲਾ ਘਰ ਮਾਲਕ ਨੇ ਜਾ ਜਾਣ ਤੱਕ ਮੇਰੀ ਗਰੰਟੀ ਹੋ ਗਈ। ਠੀਕ ਹੋ ਗਿਆ, ਸਹੀ ਹੋ ਗਿਆ ਜੀ। ਅਗਾ ਝੋਟੀ ਨੂੰ ਕੱਦ ਟਾਕਾ ਮੌਜੂਦ ਹੈ ਪਰ ਫਰਾ ਖੁਦ ਹੀ ਵੇਖ ਲੈਣ ਕਿ ਕੱਦ ਝੋਟੀ ਦੂਜਾ ਵਾਰਾ ਸੂਈ ਹੈ ਮਗਰ ਕੱਟੀ ਮਹੀਨੇ ਤੋਂ 1.5 ਮਹੀਨੇ ਦੇ ਲਗਭਗ ਸੂਈ ਹੈ। ਥੋੜੀ ਡਰੀ ਖੜੀ ਤੇ ਕਿੰਨਾ ਦੁੱਧ ਦੱਸਿਆ ਜੀ? ਦੁੱਧ ਭਾਈ ਮਨਜ਼ੂਰ 15 ਕਿਲੋ ਚਵਾ ਕੇ ਦੇਵਾਂਗਾ। ਠੀਕ ਹੋ ਗਿਆ, 15 ਕਿਲੋ ਦੋਵਾਂ ਟਾਈਮਾਂ ਦਾ ਚਵਾਈ ਕਰਵਾ ਕੇ ਇੱਕ ਟਾਈਮ ਬੱਚਨ ਛੱਡ ਕੇ 15 ਕਿਲੋ ਚਵਾ ਕੇ ਦੇਵਾਂਗਾ। ਠੀਕ ਹੋ ਗਿਆ, ਠੀਕ ਹੋ ਗਿਆ ਜੀ। ਬੋਲੋ ਇਹਦੀ ਕੀਮਤ ਅੱਲਾ ਖੈਰ ਕਰੇ। ਭਾਈ ਮਨਜ਼ੂਰ ਉਹ ਲੈਣੀ ਜਿਹੜੀ ਬਿਲਕੁਲ ਮناسب ਲੱਗੀ ਸਮਝ ਕੀਮਤ ਕਰਨ ਨੂੰ ਮੈਂ ਝੋਟੀ 3.5 ਲੱਖ ਵੀ ਕਰਨਾ ਜ਼ਿਆਦਾ ਕੋਈ ਨਹੀਂ ਗੀ। ਭਾਈ ਮਨਜ਼ੂਰ ਕੀਮਤ ਉਹ ਕਰਨਾ ਜਿਹੜੀ ਭਰਾ ਖੁਸ਼ ਵੀ ਹੋ ਜਾਣ ਲੱਗੀ ਸਮਝ। ਬਾਕੀ ਦੁੱਧ ਆ ਉਹ ਅੱਲਾ ਦੇ ਹੁਕਮ ਨਾਲ ਇੱਕ ਥਣ ਬੱਚਨ ਛੱਡ ਕੇ 15 ਕੇ ਗੱਡੀਆਂ ਵੇਖੋ ਕਿ ਚੋਲ 7-7 ਸਵੇਰ 7-7 ਸ਼ਾਮ ਦੀ ਕੋ ਗਿਆ ਜੀ, ਲੇਕਿਨ ਦੁੱਧ ਵਾਲੀ ਮੱਝ ਅੱਲਾ ਦੇ ਹੁਕਮ ਨਾਲ 1800 ਦੁੱਧ ਦੇਣ ਵਾਲੀ ਗਰੰਟੀ ਵਾਲੀ ਮੱਝ। ਕੀਮਤ ਦੱਸੋ ਜੀ ਫਾਈਨਲ ਦੀ ਦੇਖ ਕੇ ਗੱਲ ਕਰਾਂ। ਭਾਈ ਮਨਜ਼ੂਰ ਜੀ ਲੈਣ ਵਾਲੀ 2,80,000 ਕੀਮਤ 5 ਛੱਡ ਕੇ 2,75,000 ਕੀਮਤ ਕੋਣੀ ਅੱਲਾ ਦੇ ਹੁਕਮ ਨਾਲ ਝੋਟੀ ਨੂੰ ਆ ਜੀ। 2,80,000 ਡਿਮਾਂਡ ਹੈ, 5,000 ਛੱਡ ਕੇ 2,75,000 ਮਜ਼ੀਦ ਆਇਆ ਦੋਸਤਾਂ ਦੇ ਨਾਲ। ਮਾੜੀ ਮੋਟੀ 1,000 ਦੀ ਹੋ ਜਾਏਗੀ ਭਾਈ ਮਨਜ਼ੂਰ ਜੀ। ਠੀਕ ਹੈ, ਲਿਆਓ ਅੱਗੇ ਜਾਨਵਰ ਜੀ। ਅੱਗੇ ਚੌਥੇ ਨੰਬਰ ਤੇ 200 ਜਾਨਵਰ ਦਿਖਾ ਰਹੇ ਜੀ ਮਦਰ ਭਾਈ। ਚੌਥੇ ਨੰਬਰ ਤੇ ਜਿਹੜੀ ਝੋਟੀ ਪਹਿਲਾਂ ਸੂਆ ਸੂਈ ਹੋਈ ਠੀਕ ਹੈ, ਚੰਗੇ ਮਾਸ਼ਾਅੱਲਾ ਹਵਾਨੇ ਦੇ ਚੰਗੇ ਘਰ ਚੰਗੇ ਦੁੱਧ ਵਾਲੀ ਪੁੱਠੇ ਵਜੂਦਾਂ ਵਾਲੀ ਝੋਟੀ ਠੀਕ ਹੋ ਗਿਆ ਜੀ। ਬੱਕਾ ਝੋਟੀ ਨੂੰ ਹਵਾਨਾ ਚੰਗਾ, ਥਣ ਚੜੇ ਮਾਸ਼ਾਅੱਲਾ ਚੰਗਾ, ਹਵਾਨਾ ਚੰਗਾ, ਥਣ ਸੋਹਣਾ ਲੱਗਾ ਹੋਇਆ ਧੁੰਨੀ ਕੁੜੀ ਦਾ ਭਾਗ, ਕੱਦ ਵੇਲ ਝੋਟੀ ਨੂੰ ਮਾਸ਼ਾਅੱਲਾ ਬੜਾ ਹੈ, ਜਿੰਦ ਜਾਣ ਵਾਲੀ ਹੈ, ਮਗਰ ਕੱਟਾ ਠੀਕ ਹੋ ਗਿਆ ਜੀ। ਝੋਟੀ ਨੂੰ ਸੂਈ ਨੂੰ ਵੀ ਇਹਨੂੰ 8-9 ਡੰਗ ਹੋ ਗਏ ਠੀਕ ਹੋ ਗਿਆ ਠੀਕ ਹੈ। ਤੇ ਬੱਕਾ ਮਾਸ਼ਾਅੱਲਾ ਥਣ ਚ ਦੀ ਵਿਰਲ ਮਾਸ਼ਾਅੱਲਾ ਵਿਖਾਓ, ਥਣ ਵਾਕੇ ਜੇ ਪੂਰਾ ਗੇਠ ਗੇਠ ਵਾਲੀ ਵਿਰਲ ਤੇ ਮਾਸ਼ਾਅੱਲਾ ਲਾਟੂਆ ਗੋਲ ਥਣ ਸੁਣ ਲੱਗਾ ਹੋਇਆ ਝੋਟੀ ਨੂੰ। ਨਹੀਂ ਮਹਿੰਗਾਈ ਦੇ ਦੌਰ ਦੇ ਵਿੱਚ ਮਾਸ਼ਾਅੱਲਾ ਦੋਸਤਾਂ ਵਾਸਤੇ ਮناسب ਰੇਟਾਂ ਦੇ ਵਿੱਚ ਭਾਈ ਮਨਜ਼ੂਰ ਹੈ ਰੇਟ ਮੈਨੂੰ, ਮੈਂ ਇੱਕ ਹੋਰ ਕਹਿੰਦਾ ਕਿਸੇ ਚੈਨਲ ਤੇ ਕਿਸੇ ਇਲਾਕੇ ਦੇ ਰੇਟ ਹੋਣ ਜੀ ਤੇ ਮੈਂ ਖੁਦ ਜਾਨਵਰ ਖਰੀਦਾਂਗਾ, ਮੈਨੂੰ ਭਰਾ ਲੈ ਕੇ ਦੇਣ ਲੱਗੀ ਸਮਝ ਜੀ। ਮੈਂ ਰੇਟ ਕੋਈ ਨਹੀਂ ਭਾਈ ਮਨਜ਼ੂਰ ਕਰਦਾ, ਰੁਪਈਆ 2-4 ਹਜ਼ਾਰ ਮਜ਼ਦੂਰੀ ਰੱਖ ਕੇ ਮੈਂ ਰੇਟ ਕਰਦਾ ਪਿਆ ਲੱਗੀ ਸਮਝ। ਸਹੀ ਹੋ ਗਿਆ ਜੀ। ਤੇ ਕਿੰਨਾ ਦੁੱਧ ਹੈ ਜੀ ਦੋਵਾਂ ਟਾਈਮਾਂ ਦਾ ਚੁਆਈ ਕਰਵਾ ਕੇ? 10 ਕਿਲੋ ਚੁਆ ਕੇ ਦਵਾਂਗਾ ਠੀਕ ਹੋ ਗਿਆ। 10 ਕਿਲੋ ਦੋਵਾਂ ਟਾਈਮਾਂ ਦਾ ਚੁਆਈ ਕਰਵਾ ਕੇ ਥਣਾ ਦੀ, ਥਣਾ ਦੀ ਭਾਈ ਮਨਜ਼ੂਰ ਬਿਲਕੁਲ ਸਾਊ ਸੁਰੀ ਦਾ ਸੀਲ ਸੋ, ਇਤਨੇ ਇੱਕ ਬੱਚੇ ਵੀ ਬੈਠੇ ਰਹਿਣ ਸਕਦੇ ਸੱਟਾ ਫਾਰ ਗਿਲਤੀ ਮਰੋੜੀ ਚੁਆ ਪਸਾ ਬਿਲਕੁਲ ਕਲੀਅਰ ਬਿਲਕੁਲ ਪਾਕ ਅੱਲਾ ਦੇ ਹੁਕਮ ਨਾਲ। 10 ਕਿਲੋ ਬੋਲਾ ਦੁੱਧ ਹੈ ਜੀ ਮਗਰ ਕੱਟਾ ਹੈਲਨ ਸੂਈ ਹੈ ਤੇ 8-10 ਦਿਨਾਂ ਦੀ ਸੂਈ ਹੈ। ਬੋਲੋ ਜੀ ਕੀਮਤ ਦੇ। ਕੀਮਤ ਭਾਈ ਮਨਜ਼ੂਰ ਉਹ ਕਰਨੀ ਹੈ ਜਿਹੜੀ ਮੈਂ ਭਰਾਵਾਂ ਨੂੰ ਚੱਸ ਵੀ ਆਵੇ ਕੀਮਤ ਸੁਣੋ, ਰੁਪਈਆ 2,40 ਕੀਮਤ ਤੇ 5 ਛੱਡ ਕੇ 2,35 ਭਰਾਵਾਂ ਨੂੰ ਦੇ ਛੜਨੀ ਹੈ। 2,40,000 ਰੁਪਈਆ ਡਿਮਾਂਡ ਹੈ, 5,000 ਦੀ ਗੁੰਜਾਇਸ਼ ਕਰਕੇ 2,35,000 ਕੀਮਤ ਅੱਲਾ ਦੇ ਹੁਕਮ ਨਾਲ ਕੋਈ ਨਹੀਂ ਜੱਗ ਫੇਰ ਲੈਣਾ, ਇਲਾਕਾ ਫੇਰ ਲੈਣਾ,
ਪੂਰਾ ਪਾਕਿਸਤਾਨ ਫਿਰ ਲੈ ਲੱਗ ਮੇਰੀ ਕੀਮਤ ਵਰਗੀ ਕੋਈ ਕੀਮਤ ਕਰ ਜਾਵੇ, ਮੈਂ ਜੁਰਮਦਾਰ ਹਾਂ ਤਾਂ ਮਨਜ਼ੂਰ, ਮੈਂ ਕੀਮਤਾਂ ਕੋਈ ਨਹੀਂ, ਮੈਂ ਰੁਪਿਆ 2-4 ਦਾ ਮਜ਼ਦੂਰੀ ਰੱਖ ਕੇ ਰੇਟ ਕਰਦਾ ਪਿਆ। ਬਾਕੀ ਆਇਆਂ ਦੋਸਤਾਂ ਦੀ ਦੀਦ ਜਾਂ ਕਦਰ ਹੋਈ ਹੈਗੀ, ਮਾੜੀ ਮੋਟੀ ਭਾਈ ਮਨਜ਼ੂਰ 1000 ਦੀ ਹੋ ਜਾਵੇ। ਜੀ ਸਹੀ ਹੈ, ਲੈ ਹੋਗੇ ਜਾਨਵਰ ਜੀ। ਅੱਗੇ 5ਵੇਂ ਨੰਬਰ ਤੇ 200 ਜਾਨਵਰ ਦਿਖਾ ਰਹੇ ਜੀ ਮਜ਼ਰ ਭਾਈ। ਭਾਈ ਮਨਜ਼ੂਰ 5ਵੇਂ ਨੰਬਰ ਤੇ ਮਾਝ ਦੂਆ ਸੂਆ ਸੂਈ ਹੋਈ ਹੈ ਜੀ, ਤੇ ਭਰਾ ਖੁਦ ਦੀ ਜਾਂਚ ਕਰਨ ਕੇ ਅੱਲੇ ਦੇ ਹੁਕਮ ਨਾਲ ਮਾਝ ਨੂੰ ਪੁੱਠੇ ਵਜੂਦ ਤੇ ਹਵਾਨੇ ਚੈੱਕ ਕਰਨ, ਜੇ ਥੱਬੇ ਚ ਮਾਝ ਲੈ ਕੇ ਨਹੀਂ ਟੁੱਟਦੀ ਤੇ ਮੁੜ ਗੱਲ ਕਰਨ। ਮਾਸ਼ਾਅੱਲਾ ਜੀ ਯਾਰ, ਜੇ ਸਾਥ ਤੁਹਾਡਾ ਮਾਝ ਨਹੀਂ ਪੱਟਿਆ ਮੱਕਾ ਥਾਣਾ ਕੈਮਰਾ ਮਾਰ ਕੇ ਵਿਖਾ ਦਿਓ, ਮਾਝ ਦੇ ਜਿਹੜੇ ਥਾਣ ਨੂੰ ਕੀਮਤ ਪੂਰੀ ਕਰ ਜਾ ਸੁਣ ਅੱਲਾ ਦੇ ਹੁਕਮ ਨਾਲ। ਬਕਾ ਮਾਝ ਨੂੰ ਵਿਖਾ ਜਿਹੜਾ ਕਿ ਵਾਕੇ ਜੇ ਹਾਥੀ ਨੇ ਮਾਝ ਨਹੀਂ ਹਾਥੀ ਅੱਲਾ ਦੇ ਹੁਕਮ ਨਾਲ। ਇਹ ਕਿੰਨਾ ਵਾਰਾ ਸੂਈ ਹੋਈ ਜੀ? ਦੂਸਰਾ ਵਾਰਾ ਭਾਈ ਮਨਜ਼ੂਰ ਸੂਈ ਹੈ ਤਕਰੀਬਨ ਅੱਜ ਚੌਥਾ ਤੋਂ ਪੰਜਵਾਂ ਦਿਨ ਸੂਈ ਨੂੰ, ਮਗਰ ਕੱਟਾ ਠੀਕ ਹੋ ਗਿਆ। ਮਗਰ ਇਹ ਕੱਟਾ ਜੀ ਕੱਟਾ ਮਾਸ਼ਾਅੱਲਾ ਬੜਾ ਸੋਹਣਾ ਅੱਲਾ ਦੇ ਕੋਲ ਮਾਸ਼ਾਅੱਲਾ ਕੱਟਾ ਆਉਣ ਵਾਲੇ ਟਾਈਮ ਤੇ ਬਣਨ ਵਾਲਾ, ਤੇ ਬਕਾ ਜੇ ਸਾਧ ਟੋਟਾ ਮੱਝ ਨਹੀਂ ਪੱਟਿਆ ਕੱਲਾ ਨਾ ਨਹੀਂ ਭਾਈ ਮਨਜ਼ੂਰ ਕੰਮ ਕਰਕੇ ਵਿਖਾਣਾ ਲੈ ਲੱਗੀ ਸਮਝ। ਅੱਲਾ ਪਾਕ ਆ ਪੱਟਣ ਬਕਾਇਆ ਮੱਝਾਂ ਮੇਰੇ ਭਰਾ ਸਾਰੇ ਚਾੜਦੇ ਆ, ਚੰਗੀ ਤੋਂ ਚੰਗੀ ਚਾੜਦੇ, ਮੈਂ ਨਹੀਂ ਕਹਿੰਦਾ ਮੇਰੇ ਤੋਂ ਮਾੜੀਆਂ ਹੁੰਦੀਆਂ, ਲੇਕਿਨ ਅਲਹਮਦੁਲਿਲਾ ਡੰਗਰਾਂ ਨੂੰ ਔਖੇ ਹੋਵੇਗਾ ਭਰਾ ਨਜ਼ਾਰਾ ਕਰ ਲੈਣ ਤੇ ਵਾਕਈ ਜੇ ਥੱਬਿਆਂ 'ਚ ਨਹੀਂ ਲੈ ਕੇ ਬੰਦੀ ਮੱਝ ਤੇ ਮੁੜ ਗੱਲ ਕਰਨ। ਸਹੀ ਹੋ ਗਿਆ ਜੀ, ਦੂਜਾ ਵਾਰਾ ਸੂਈ ਹੈ ਮਗਰ ਕੱਟਾ ਸੂਈ ਨੂੰ ਹੋ ਗਿਆ ਨਾ ਅੱਜ ਹਫਤੇ ਦੇ ਲਗਭਗ ਜੀ ਠੀਕ ਹੋ ਗਿਆ। ਤੇ ਕਿੰਨਾ ਦੁੱਧ ਹੈ ਜੀ ਦੋਵਾਂ ਟਾਈਮਾਂ ਦਾ ਚੁਆਈ ਕਰਨ ਮੌਕੇ ਭਾਈ 18-19 ਰਜਾਈ ਜਿਹੜਾ ਹੁਣ ਹੈ ਥੱਲੇ ਜਿਹੜਾ ਚੁਆਈ ਕਰਵਾ ਕੇ, ਹਾਂਜੀ ਚੁਆਈ ਕਰਾ ਕੇ ਮੈਂ ਦਵਾਂਗਾ ਠੀਕ ਹੋ ਗਿਆ। ਥਾਣਾ ਦੀ ਕਿਸ ਤਰ੍ਹਾਂ? ਥਾਣਾ ਦੀ ਭਾਈ ਮੰਦੂਰ ਇਸ ਤਰ੍ਹਾਂ ਕਿ ਕੱਚ ਦੀ ਬੋਤਲ ਚੋ ਲਵੋ, ਚੁਆ ਪਸਮਾ ਛੱਤਾ ਬੜਾ ਫੁੱਲਾ ਚੁਆ ਤੇ ਬੜਾ ਨਰਮ ਤੇ ਇੰਜ ਜਿਵੇਂ ਬਾਲ ਚੁੰਦੇ ਰਹਿਣ ਲੱਗੀ ਸਮਝ। ਸਹੀ ਹੋ ਗਿਆ, ਚੁਰਾਈ ਦੀ ਮੱਝ ਹੈ ਤੇ ਮੱਝ ਦਾ ਕੱਦ ਦੀ ਵਾ ਜਿਹੜੇ ਮੱਝ ਦਾ ਮੁੰਡੇ ਦੇ ਸਿਰ ਬਰਾਬਰ ਕੱਦ ਨੇ, ਕੱਦ ਨਹੀਂ ਤੇ ਮੁੜ ਗੱਲ ਕਰੋ। ਅਸੀਲ ਸ਼ਰਾਫ ਮਾਸ਼ਾਅੱਲਾ, ਅਸੀਲ ਇਤਨੀ ਆ ਤੇ ਬਕਾਇਆ ਅੱਲਾ ਦੇ ਹੁਕਮ ਸਿੰਘ ਸਿਰ ਦੀ ਮਾਝ ਸੋਹਣੀ ਸੁਰੱਖੀ ਪੁੱਠਾ ਮਾਝ ਨੂੰ ਚੱਕ ਰਿਹਾ ਮਾਝ ਨੂੰ 10 ਲੱਖ ਦਾ ਪੁੱਠਾ ਲੱਗਾ ਹੋਇਆ ਅੱਲਾ ਦੇ ਹੁਕਮ ਨਾਲ। ਜੀ ਸਹੀ ਹੋ ਗਿਆ ਜੀ, ਬੋਲੋ ਮਾਜ਼ਰ ਭਾਈ ਕੀਮਤ ਕੀਮਤ ਭਾਈ ਮਨਜ਼ੂਰ ਉਹ ਕਰਨੀ ਆ ਲੱਗੀ ਸਮਝ, ਮਾਝ ਨੂੰ ਵੇਖ ਕੇ ਕੀਮਤ ਮਾਝ ਦੇ 10 ਲੱਖ ਦੀ ਲੱਗੀ ਸਮਝ, ਮੈਂ ਭਰਾਵਾਂ ਕੋ ਉਹ ਲੈਣਾ ਜਿਹੜੇ ਗੱਲ ਇੱਕ ਹੀ ਕਰਨੀ ਰੁਪਿਆ 3,60,000 3,60,000 ਰੁਪਿਆ ਦੂਜਨ ਮੈਂ ਦੀ ਕੀਮਤ 2 ਲੀਟਰ ਦੀ ਅੱਲਾ ਦੇ ਹੁਕਮ ਮੇਰੀ ਭਾਈ ਮਨਜ਼ੂਰ ਗਾਰੰਟੀ ਹੋਵੇਗੀ। ਪਿਆਰ ਮੁਹੱਬਤ ਕਰਕੇ ਗੱਲ ਦੱਸੋ ਇੱਕਾ ਜਿਹਦੇ ਭਾਈ ਮਨਜ਼ੂਰ ਮੈਂ ਕੀਮਤ ਕੋਈ ਨਹੀਂ ਕੀਤੀ, ਇਹ ਭਰਾ ਵੀ ਜਾਣਦੇ ਮੈਂ ਕੀਮਤ ਮਾਝ ਦੀ ਕੋਈ ਨਹੀਂ ਕੀਤੀ ਜੀ, ਮਾਝ 4-4 ਲੱਖ ਦੀ ਮਾਝ ਵਿਕਦੀ ਪਈ ਅੱਲਾ ਦੇ ਹੁਕਮ ਨਾਲ। ਚਲੋ ਕੋ ਗੁੰਜਾਇਸ਼ ਕਰਕੇ ਫਾਈਨਲ ਜੀ ਇੱਕਾ ਹੀ ਗੱਲ ਦੱਸ, 5 ਭਰਾਵਾਂ ਨੂੰ ਛੱਡ ਕੇ 3,55,000 ਜਿਹੜਾ ਲੈ ਲੈਣਾ, 3,55,000 ਮਜ਼ੀਦ ਆਇਆ ਦੋਸਤਾਂ ਦੇ ਨਾਲ, ਮਾੜੀ ਮੋਟੀ ਹਜ਼ਾਰ ਤੇ ਜਿਹੜੇ ਬਗਾ ਕੀਮਤ ਕੋ ਨਹੀਂ ਆਗਾ ਦੀਦ ਜਾਂ ਤੇ ਕਦਰ ਹੋ ਜਾਏਗੀ ਇਨਸ਼ਾਅੱਲਾ ਹੋਏਗੀ। ਜੀ ਸਹੀ ਹੋ ਗਿਆ, ਲਿਆ ਵਗਾ ਜਾਨਵਰ ਜੀ। ਅਗੇ 6ਵੇਂ ਨੰਬਰ ਤੇ 200 ਜਾਨਵਰ ਦਿਖਾ ਰਹੇ ਨੇ ਭਾਈ ਮਨਜ਼ੂਰ, 6ਵੇਂ ਨੰਬਰ ਦੇ ਦੂਜਨ ਝੋਟੀ ਆ ਲੱਗੀ ਸਮਝ, ਝੋਟੀ ਸੂਈ ਨੂੰ 8-10 ਡੰਗ ਹੋ ਗਏ ਠੀਕ ਹੋ ਗਿਆ ਜੀ, ਬਕਾਇਆ ਝੋਟੀ ਨੂੰ ਕੱਦ ਤੇ ਝੋਟੀ ਦੀ ਵੇਲ ਤੇ ਅੱਲਾ ਦੇ ਆਪਣਾ ਪੁੱਠਾ ਵਜੂਦ ਤੇ ਹਵਾਨਾ ਵਿਖਾ ਛੱਡੋ ਕਿ ਬਕਾ ਨਜ਼ਾਰੇ ਵਾਲੀਆਂ ਗੱਲਾਂ ਹੈ ਜਾਂ ਨਹੀਂ ਹੈ, ਥਣ ਵਿਖਾ ਜਿਹੜਾ ਜਿਵੇਂ ਲਾਟੂ ਵਾਲਾ ਗੋਲ ਥਣ ਲੱਗਾ ਤੇ ਥਣ ਦੀ ਫਾਲ ਵਿਖਾ ਜਿਹੜੋ ਮਗਰ ਬਟਨ ਲੱਗੇ ਹੋਏ ਆ ਵਿਖਾ ਭਰਾਵਾਂ ਨੂੰ। ਸਹੀ ਹੋ ਗਿਆ ਜੀ, ਦੂਜਾ ਵਾਰਾ ਸੂਈ ਹੈ ਜੀ ਹਾਂ, ਸੂਈ ਨੂੰ 8-10 ਦਿਨ ਹੋ ਗਏ ਜੀ ਹਾਂ, ਬਕਾ ਝੋਟੀ ਦੀ ਵੇਲ ਵਿਖਾ ਝੋਟੀ ਦੀ ਕੰਡ ਬਹੁਤ ਟਾਇਰ ਵਾਂਗ ਗੱਡਰ ਵਾਂਗ ਪਤਰੀ ਕੰਡ ਅੱਲਾ ਦੇ ਹੁਕਮ ਨਾਲ ਠੀਕ ਹੋ ਗਿਆ। ਤੇ ਮਗਰ ਆ ਕੱਟਾ ਜੀ, ਮਗਰ ਕੱਟਾ ਬਕਾ ਜੋੜ ਨੂੰ ਵੇਲ ਵਿਖਾ ਦੋ ਜਾਂ ਕਿੰਨਾ ਆ ਮੂੰਹ ਦੀ ਅਸੀਲ ਸਹੂ ਹੈ, ਐਡੀ ਵੱਡੀ ਮੱਝ ਹੋ ਕੇ ਅੱਲਾ ਦੇ ਹੁਕਮ ਨਾਲ ਇੱਕ ਉਂਗਲਾ ਮੂੰਹ ਫੜੀ ਰਹੋ, ਬੱਚੇ ਫੜੀ ਰੱਖਣ ਲੱਗੀ ਸਮਝ। ਠੀਕ ਹੋ ਗਿਆ ਜੀ, ਤੇ ਕਿੰਨਾ ਦੋਵਾਂ ਟਾਈਮਾਂ ਦਾ ਦੁੱਧ ਦੀ ਚੁਆਈ ਕਰਵਾ ਕੇ ਭਾਈ ਮਨਜ਼ੂਰ, ਇਹਦੇ ਲਈ 16-17 ਕਿਲੋ ਠੀਕ ਹੋ ਗਿਆ, ਬੋਲਾ ਚੁਆਈ ਕਰਵਾ ਕੇ ਦੇਣਾ, 17 ਕਿਲੋ ਬੋਲਾ ਹੈ ਚੁਆਈ ਕਰਵਾ ਕੇ ਦਵਾਂਗਾ ਠੀਕ ਹੋ ਗਿਆ। ਥਣਾ ਦੀ ਕਿਸ ਤਰ੍ਹਾਂ? ਥਣਾ ਦੀ ਭਾਈ ਮਨਜ਼ੂਰ ਸਾਫ ਤੇ ਬੱਚੇ ਬੈਠੇ ਨੇ ਕੱਚ ਦੀ ਬੋਤਲ ਚੋਲ ਲਵੋ ਲੱਗੀ ਸਮਝ, ਛੱਟਾ ਫਾਰ ਗਿਲਟੀ ਮਰੋੜੀ ਆਰ ਪਾਸੋਂ ਮਨਜ਼ੂਰ ਸ਼ੱਕ ਹੀ ਕੋਈ ਨਹੀਂ, ਬਕਾ ਮਾਝ ਨੂੰ ਹਵਾਨਾ ਵੜੇ ਮਾਝ ਥੱਬੇ ਚ ਨਹੀਂ ਲੈ ਕੇ ਥੋੜੀ ਬੰਦੀ ਤੇ ਮੁੜ ਗੱਲ ਕਰੋ। ਜੀ ਸਹੀ ਹੋ ਗਿਆ, ਮਾਸ਼ਾਅੱਲਾ ਤਾਜ਼ੀ ਸੂਈ ਆ ਦੋਸਤਾਂ ਦੇ ਸਾਹਮਣੇ, ਜੇ ਬਕਾ ਮਾਝ ਨੂੰ ਧੁੰਨੀ ਕੋੜੀ ਤੇ ਬਾਗ ਮਾਝ ਨੂੰ ਸਿੰਗੀ ਵੇਖ ਬੱਕ ਰੱਖਿਆ ਸਿੰਗੀ ਲੁੱਕ ਦੀ ਬਕਾ ਮਾਝ ਨੂੰ ਕੱਦ ਤੇ ਵੇਲ ਤੇ ਵੱਖਰੀ ਲੱਗੀ ਹੋਈ ਹੈ ਮਾਸ਼ਾਅੱਲਾ, ਦੂਜਨ ਮਾਝ ਚੰਗੇ ਸੋਹਣੇ ਕੱਦ ਬੁੱਤ ਵੇਲ ਆ ਲਈਏ ਆ ਅਸੀਲ ਮਾਝ ਲੱਗੇ ਹੁਣ ਬੱਚੇ ਬੰਦ ਰਹਿਣ, ਬੱਚਾ ਉਹ ਤੀਏ ਪਾਸੇ ਮਾਝ ਥਲੇ ਅਸਮਾਰੀ ਜਾਂਦੇ ਮਾਝ ਨੂੰ ਪਰਵਾਹ ਹੀ ਕੋਈ ਨਹੀਂ ਕੀ। ਸਹੀ ਹੋ ਗਿਆ ਜੀ,
ਤੇ ਕਿੰਨਾ ਦੱਸਿਆ ਜੇ ਦੋ ਚਵਾਈ ਕਰਵਾ ਕੇ ਦੇਣਾ? ਭਾਈ ਮਨਦੂਰ ਚਵਾਈ ਕਰਾ ਕੇ ਦੇਸਾ 17 ਕਿਲੋ ਚਵਾਈ ਕਰਵਾ ਕੇ ਜੀ ਆ ਠੀਕ ਹੋ ਗਿਆ ਥਣਾ ਦੀ ਸਾਫ ਦੂਜਾ ਬਾਰਾ ਸੂਈ ਹੈ ਬੋਲੋ ਕੀਮਤ ਭਾਈ ਕੀਮਤ ਭਾਈ ਮਨਦੂਰ ਦੀ ਜਿਹੜੀ ਲੈ ਲੈਣੀ ਆ ਜੀ 3,40,000 ਰੁਪਇਆ 3,40,000 ਰੁਪਇਆ ਤੇ ਪਿਆਰ ਮੁਹੱਬਤ ਕਰਕੇ ਗੱਲ ਇੱਕ ਹੀ ਦੱਸੋ ਵੀ ਇਹਨਾਂ ਦੀ ਦੱਸੋ 3,35,000 ਰੁਪਇਆ ਭਰਾਣ ਚੰਗੀ ਲੱਗਿਆ ਕਿ ਪਾਸ ਕਰਕੇ ਲੈ ਜਾਵੇ ਜੋਟੀ ਪਰ ਕੀਮਤ ਕੋਈ ਨਹੀਂ ਲਾ ਦੇਖੋ ਨਾ ਸਹੀ ਹੋ ਗਿਆ 3,35,000 ਮਜ਼ੀਦ ਪਿਆਰ ਮੁਹੱਬਤ ਤੁਹਾਨੂੰ ਪਤਾ ਹੈ ਖਰਚੇ ਮਹਿੰਗਾਈ ਸਭ ਕੁਝ ਹੋ ਤੁਹਾਡੀ ਗੱਲ ਸਹੀ ਹੈ ਪ੍ਰਸੰਭ ਨਹੀਂ ਹੈ ਇਹ ਭਰਾ ਅੱਜ ਆਪ ਖੁਦ ਫੈਸਲਾ ਕਰਨ ਜੇ ਮੱਝ ਦਾ ਰੇਟ ਹੋਵਣਾ ਜੀ ਮੈਂ ਜੁਰਮਦਾਰ ਮੈਂ ਜੋ ਜੁਰਮਾਨਾ ਹੋਵੇ ਮੈਂ ਚਲਾਉਣ ਤਿਆਰ ਹਾਂ ਪਰ ਰੇਟ ਕੋਈ ਨਹੀਂ ਮੈਂ ਮੱਝ ਨੂੰ ਖਿੱਚਣਾ ਠੀਕ ਹੋ ਗਿਆ ਜੀ ਦੱਸੋ ਫਾਈਨਲ ਜੀ ਇੱਕ ਹੀ ਗੱਲ ਹੈ ਫਾਈਨਲ 30 ਦੀ ਮੱਝ ਪਾਲ ਜਾਣਾ ਇਹ ਅੱਲਾ ਦੇ ਆਪਣਾ ਜੇ ਆਫਰਾਂ ਆ ਭਰਾਵਾਂ ਨੂੰ ਲੱਗੀ ਸਭ 3,30,000 ਮਜ਼ੀਦ ਆਇਆ ਦੋਸਤਾਂ ਨਾਲ ਦੀਦ ਯਾਦ ਕਦਰ ਹੋਈ ਹੈ ਕਿ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ ਅੱਲਾ ਹਾਫਿਜ਼।